ਲਓ ਜੀ ਲਓ ਆ ਜਾਓ ਬਈ ਲਓ ਜੀ ਬਾਈ ਲੱਖਾ ਲਾਈਵ ਆ ਚੁੱਕਿਆ ਤੇ ਤੁਹਾਨੂੰ ਮੈਂ ਮਿਲਾਉਣਾ ਤੇ ਬਾਈ ਨਾਲ ਗੱਲਾਂ ਕਰਾਉਣੇ ਆ ਤੇ ਆ ਲਓ ਜੀ ਲਓ ਜੀ ਮੈਂ ਹੌਲੀ ਚਲਾਉਂਗਾ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਜਿਹੜੀ ਆ ਬਹੁਤ ਕਰਨੀ ਆ ਕਿ ਦਰਬਾਰ ਸਾਹਿਬ ਦੇ ਵਿੱਚ ਜੋੜਾ ਘਰ ਦੇ ਕੋਲੇ ਜਿਹੜਾ ਖੁਦਾਈ ਕੀਤੀ ਗਈ ਪੱਟਿਆ ਗਿਆ ਉੱਥੇ ਜੋੜਾ ਘਰ ਬਣਾਉਣ ਦੇ ਲਈ ਉੱਥੇ ਕੁਛ ਆਪਣੀਆਂ ਪ੍ਰਾਤਨ ਜਿਹੜੀਆਂ ਇਮਾਰਤਾਂ ਨੇ ਉਹ ਮਿਲੀਆਂ ਨੇ ਖੂਹ ਮਿਲੇ ਨੇ ਕੁਛ ਤੇ ਸੁਰੰਗ ਵੀ ਦੱਸਿਆ ਜਾ ਰਿਹਾ ਵੀ ਮਿਲੀ ਹੈ ਤਾਂ ਉੱਥੇ ਜਦੋਂ ਕੱਲ ਕੁਛ ਆਪਣੇ ਸਿੰਘ ਗਏ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਜਿਹੜੀ ਪ੍ਰਾਤਨ ਇਮਾਰਤ ਹੈ ਇਹਨੂੰ ਨਾ ਤੋੜਿਆ ਜਾਵੇ ਜੋੜਾ ਘਰ ਕਿਤੇ ਹੋਰ ਵੀ ਬਣਾਇਆ ਜਾ ਸਕਦਾ ਤਾਂ ਉੱਥੇ ਕਾਫੀ ਜਿਹੜਾ ਉਹ ਟਕਰਾਅ ਵੀ ਹੋਇਆ ਤਕਰਾਰ ਹੋਈ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਦੇ ਉੱਥੇ ਬੰਦਿਆਂ ਨੇ ਧੱਕਾ ਮੁੱਕੀ ਵੀ ਕੀਤੀ ਇਹਨਾਂ ਨੂੰ ਕਹਿਣੀ ਚਾਹੁੰਦਾ ਕਿ ਯਾਰ ਕਿਉਂ ਤੁਸੀਂ ਕੌਮ ਦੀਆਂ ਜੜ੍ਹਾਂ ਪੱਟਣ ਦੇ ਲੱਗੇ ਹੋਏ ਆ ਚਾਹੇ ਉਹ ਚਮਕੌਰ ਦੀ ਕੱਚੀ ਗੜੀ ਹੋਵੇ ਸਰਹੰਦ ਦੀ ਨੀਂਹ ਹੋਵੇ ਆਨੰਦਪੁਰ ਸਾਹਿਬ ਦੇ ਕਿਲੇ ਹੋਣ ਦਰਸ਼ਨੀ ਡਿਉੜੀਆਂ ਹੋਣ ਗੁੰਗੇ ਹੋਣ ਇਹਨਾਂ ਨੇ ਇੱਕ ਇੱਕ ਕਰਕੇ ਸਾਰੇ ਉਹ ਢਹਿ ਢੇਰੀ ਕਰ ਦਿੱਤੇ ਅਤੇ ਉੱਥੇ ਗੁਰਦੁਆਰੇ ਉਸਾਰ ਦਿੱਤੇ ਗਏ ਸੰਗਮਰਮਰਾਂ ਲਾ ਦਿੱਤੀਆਂ ਗਈਆਂ ਪੱਥਰ ਚਾੜ ਦਿੱਤਾ ਗਿਆ ਸੋ ਇਹ ਨਾ ਤਾਂ ਸਾਡੇ ਮੈਂ ਸਮਝਦਾ ਕਿ ਲੋਕਾਂ ਨੂੰ ਇਹ ਅਕਲ ਆਈ ਸਾਡੇ ਕੌਮ ਦੇ ਲੋਕਾਂ ਨੂੰ ਇਹ ਅਕਲ ਆਈ ਅਸੀਂ ਸਿਰਫ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਨੱਕ ਰਗੜਨ ਤੱਕ ਸੀਮਤ ਰਹਿ ਗਏ ਅਸੀਂ ਕਦੇ ਗੌਰ ਹੀ ਨਹੀਂ ਕੀਤੀ ਤਵੱਜੋ ਹੀ ਨਹੀਂ ਦਿੱਤੀ ਇੱਧਰੋਂ ਧਿਆਨ ਹੀ ਨਹੀਂ ਕੀਤਾ ਕਿ ਯਾਰ ਸਾਡੀਆਂ ਕਿਵੇਂ ਪ੍ਰਾਤਨ ਜਿਹੜੀਆਂ ਵਿਰਾਸਤਾਂ ਨੇ ਇਮਾਰਤਾਂ ਨੇ ਉਹਨਾਂ ਨੂੰ ਇਹ ਢਹਿ ਢੇਰੀ ਕਰ ਰਹੇ ਨੇ ਖਤਮ ਕੀਤਾ ਜਾ ਰਿਹਾ ਹੁਣ ਦੇਖੋ ਇਹਦਾ ਨੁਕਸਾਨ ਕੀ ਹੁੰਦਾ ਨੁਕਸਾਨ ਇਹਦਾ ਇਹ ਹੁੰਦਾ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 200, 400, 500, 1000 ਸਾਲ ਨੂੰ ਸਾਡੀ ਕੌਮ ਨੇ ਸਾਡੀਆਂ ਨਵੀਆਂ ਪੀੜ੍ਹੀਆਂ ਨੇ ਸਾਡੀਆਂ ਨਸਲਾਂ ਨੇ ਆ ਕੇ ਚੀਜ਼ਾਂ ਦੇਖਣੀਆਂ ਨੇ ਕਿ ਇੱਥੇ ਕਦੇ ਸਾਡੇ ਉਹ ਕਿਲੇ ਹੁੰਦੇ ਸੀ ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਇਹਨਾਂ ਕਿਲਿਆਂ ਦੇ ਵਿੱਚੋਂ ਮੋਰਚੇ ਬਣਾ ਕੇ ਇਹਨਾਂ ਕਿਲਿਆਂ ਦੇ ਵਿੱਚ ਜੰਗਾਂ ਲੜੀਆਂ ਯੁੱਧ ਕੀਤੇ ਜ਼ੁਲਮ ਦੇ ਖਿਲਾਫ ਜਾਂ ਆਹ ਸਾਡੀ ਪ੍ਰਾਤਨ ਉਹ ਨੀਂਹ ਹੈ ਉਹ ਦੀਵਾਰ ਹੈ ਉਹ ਕੰਧ ਹੈ ਜਿਹਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ ਜਾਂ ਉਹ ਆਹ ਠੰਡਾ ਬੁਰਜ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਨੂੰ ਕੈਦ ਕਰਕੇ ਰੱਖਿਆ ਗਿਆ ਜਾਂ ਹੋਰ ਕਿੰਨੀਆਂ ਵੀ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰਾਤਨ ਵਿਰਾਸਤਾਂ ਨੇ ਇਮਾਰਤਾਂ ਨੇ ਦੀਵਾਨ ਟੋਡਰਮੱਲ ਦੀ ਹਵੇਲੀ ਦਾ ਹਾਲ ਆਪਾਂ ਦੇਖ ਲਓ ਦੀਵਾਨ ਟੋਡਰਮੱਲ ਦੀ ਹਵੇਲੀ ਦਾ ਆਪਾਂ ਹਾਲ ਦੇਖ ਲਓ ਅੱਜ ਕਿਵੇਂ ਉਹ ਢਹਿ ਢੇਰੀ ਹੋ ਚੁੱਕੀ ਹੈ ਜਾਂ ਖੰਡਰ ਬਣ ਚੁੱਕੀ ਹੈ ਕੋਈ ਕਿਸੇ ਸ਼੍ਰੋਮਣੀ ਕਮੇਟੀ ਦਾ ਕਿਸੇ ਸੰਸਥਾ ਦਾ ਕੋਈ ਧਿਆਨ ਨਹੀਂ ਉਹਨੂੰ ਸਾਂਭ ਲਿਆ ਜਾਵੇ ਕੋਈ ਸੰਭਾਲ ਕੀਤੀ ਜਾਵੇ ਸੋ ਇਸ ਕਰਕੇ ਮੈਂ ਹੁਣ ਲੋਕਾਂ ਨੂੰ ਭਰਾਵੋ ਅਪੀਲ ਕਰਦਾ ਕਿ ਯਾਰ ਇੱਧਰ ਨੂੰ ਆਪਾਂ ਗੌਰ ਕਰਕੇ ਜੇ ਨਹੀਂ ਇਹ ਆਹ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੇ ਹੁਣ ਕੰਮ ਵਿੱਢਿਆ ਕਿ ਉਹਨਾਂ ਨੂੰ ਢਾ ਰਹੇ ਨੇ ਜੇ ਨਹੀਂ ਰੁਕਦੇ ਅਸਲ ਇਹ ਮੈਂ ਕਹਿੰਦਾ ਦੁਸ਼ਮਣ ਹੈ ਨਾ ਜਿਹੜਾ ਦੇਖੋ ਦੁਸ਼ਮਣ ਨੇ ਤੁਹਾਡੇ ਇਤਿਹਾਸ ਨੂੰ ਤੁਹਾਡੇ ਫਲਸਫਿਆਂ ਨੂੰ ਤੁਹਾਡੀ ਵਿਚਾਰਧਾਰਾ ਨੂੰ ਤੁਹਾਡੀਆਂ ਪ੍ਰਾਤਨ ਜਿੰਨੀਆਂ ਇਮਾਰਤਾਂ ਨੇ ਉਹਨਾਂ ਨੂੰ ਖਤਮ ਕਰਨਾ ਹੁੰਦਾ ਤੁਹਾਡਾ ਨਿਸ਼ਤੋ ਨਬੂਤ ਜਦੋਂ ਕਿਸੇ ਕੌਮ ਦਾ ਉਹਨਾਂ ਨੇ ਮਾਰਨਾ ਹੁੰਦਾ ਕਿਸੇ ਕੌਮ ਦਾ ਵਜੂਦ ਮਾਰਨਾ ਹੁੰਦਾ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਉਹ ਖਤਮ ਕਰਦੇ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਛ ਵੀ ਪਤਾ ਨਾ ਲੱਗੇ ਵੀ ਇੱਥੇ ਕੀ ਹੁੰਦਾ ਸੀ ਉਹਦਾ ਲੱਗੇ ਹੋਏ ਨੇ ਠੀਕ ਹੈ ਪਰ ਸਭ ਤੋਂ ਵੱਡੇ ਸਾਡੇ ਵੈਰੀ ਸਾਡੇ ਦੁਸ਼ਮਣ ਸਾਡੀ ਕੌਮ ਦੇ ਇਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਪਤਾ ਨਹੀਂ ਕਿੰਨਾ ਕੁ ਸਾਡਾ ਜਿਹੜਾ ਕੀਮਤੀ ਸਰਮਾਇਆ ਸੀ ਸਾਡੀਆਂ ਵਿਰਾਸਤਾਂ ਸੀਗੀਆਂ
ਉਹ ਖਤਮ ਕਰ ਦਿੱਤੀਆਂ ਗਈਆਂ ਕਿ ਕਰਕੇ ਆ। ਸੋ ਹੁਣ ਮੈਂ ਬੇਨਤੀ ਭਰਾਵੋ ਸੋਨੂੰ ਕਰਦਾ ਕਿ ਆਓ ਯਾਰ ਅਸੀਂ ਤਾਂ ਹੁਣ ਦੇਖੋ ਭਰਾਵੋ ਮੈਂ ਤਾਂ ਦਿੱਲੀ ਫਿਰਦੇ ਹਾਂ ਅਸੀਂ ਹੁਣ ਆਹ ਜਾਂਚ ਜਿਹੜੀ ਚੱਲ ਰਹੀ ਆ ਉੱਥੇ ਲਗਾਤਾਰ ਇੱਕ ਤਰੀਕ ਤੋਂ ਲੈ ਕੇ ਲਗਾਤਾਰ ਇੱਥੇ ਚੱਲ ਰਹੇ ਹਾਂ 20 ਤੱਕ ਇੱਥੇ ਜਿਹੜੀ ਜਾਂਚ ਪੜਤਾਲ ਚੱਲਣੀ ਆ ਉਦੋਂ ਬਾਅਦ ਅਸੀਂ ਵੀ ਪਹੁੰਚਾਂਗੇ। ਪਰ ਮੈਂ ਤੁਹਾਨੂੰ ਅਪੀਲ ਇਹ ਕਰਦਾ ਬੇਨਤੀ ਇਹ ਕਰਦਾ ਕਿ ਬਾਈ ਬਣ ਕੇ ਸਾਰੇ ਭਰਾ ਸਾਰੇ ਜਿੰਨੇ ਵੀ ਦਰਦ ਰੱਖਦੇ ਆ ਆਪਣਾ ਇਸ ਕੌਮ ਪ੍ਰਤੀ ਇਸ ਧਰਮ ਇਸ ਫਲਸਫੇ ਇਸ ਇਤਿਹਾਸ ਪ੍ਰਤੀ ਇਹਨਾਂ ਵਿਰਾਸਤਾਂ ਪ੍ਰਤੀ ਜਾਂ ਸਮਝਦੇ ਨੇ ਕਿ ਹਾਂ ਯਾਰ ਇਹ ਬਹੁਤ ਵੱਡਾ ਘਾਣ ਹੈ ਇਹ ਐਡਾ ਵੱਡਾ ਘਾਣ ਆ ਜਿਹਨੂੰ ਅਸੀਂ ਪੂਰਿਆ ਨਹੀਂ ਜਾ ਸਕਦਾ ਜਿਹਦਾ ਖੱਪਾ ਨਹੀਂ ਅਸੀਂ ਪੂਰ ਸਕਦੇ ਐਡਾ ਵੱਡਾ ਨੁਕਸਾਨ ਸਾਡਾ ਹੋ ਜਾਣਾ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਰੋਇਆ ਕਰਾਂਗੇ ਇਹਨਾਂ ਚੀਜ਼ਾਂ ਨੂੰ ਯਾਦ ਕਰ ਕਰਕੇ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਸਾਡੇ ਇੱਥੇ ਨਾ ਛੇਵੇਂ ਪਾਤਸ਼ਾਹ ਦੀ ਜੰਗ ਹੋਈ ਸੀਗੀ ਗੁਰੂ ਸਰ ਇਤਿਹਾਸਕ ਮਹਾਰਾਜ ਦੇ ਕੋਲੇ ਮਹਾਰਾਜ ਕੋਲੇ ਗੁਰੂ ਸਰ ਛੇਵੇਂ ਪਾਤਸ਼ਾਹ ਦੀ ਲੱਲਾ ਬੇਗ ਨਾਲ ਜਿੱਥੇ ਜੰਗ ਹੋਈ ਹੈ ਇਤਿਹਾਸਕ ਗੁਰੂ ਘਰ ਹੈ ਗੁਰਦੁਆਰੇ ਨੇ ਉੱਥੇ ਉਹ ਜੰਗ ਦਾ ਸਾਰਾ ਉਹ ਜਗ੍ਹਾ ਜਿਹੜੀ ਬਹੁਤ ਪੁਰਾਤਨ ਬੇਰੀ ਖੜੀ ਹੈ ਉੱਥੇ ਕਈ ਸੌ ਸਾਲ ਪੁਰਾਣੀ ਆਹ 2 ਸਾਲ ਪਹਿਲਾਂ ਦੀ ਗੱਲ ਆ ਇਹ ਇਹਨਾਂ ਦੇ ਬੰਦੇ ਕਹਿੰਦੇ ਬੇਰੀ ਵੱਢਣੀ ਆਲੇ ਦੁਆਲੇ ਮੈਂ ਜੀ ਕਿਉਂ ਵੱਢਣੀ ਹੈ ਕਹਿੰਦੇ ਵੱਢ ਕੇ ਸੰਭਾਲ ਕਰਾਂਗੇ ਆਲੇ ਦੁਆਲੇ ਕੰਧ ਕਰ ਦਿਆਂਗੇ ਮੈਂ ਜੇ ਕੰਧ ਮਾਰਤੀ ਤਾਂ ਬੇਰੀ ਨੇ ਬਹਿ ਸੁੱਕ ਜਾਣਾ। ਸੋ ਜਾਣੇ ਜਿਹੜੀ ਵੀ ਕੋਈ ਵੀ ਨਿਸ਼ਾਨੀ ਆ ਤੁਹਾਡੀ ਦੇਖੋ ਕੀ ਹੁੰਦਾ ਮੰਨ ਲਓ ਕਿਤਾਬਾਂ ਦੇ ਵਿੱਚ ਤੁਹਾਡਾ ਗੜਬੜ ਕਰਕੇ ਕਿਤਾਬਾਂ ਦੇ ਵਿੱਚ ਤੁਹਾਡਾ ਇਤਿਹਾਸ ਬਦਲ ਦੇਣਾ ਕਿਤਾਬਾਂ ਦੇ ਵਿੱਚ ਤੁਹਾਡੇ ਇਤਿਹਾਸ ਨੂੰ ਤੋੜ ਦੇਣਾ ਮਰੋੜ ਦੇਣਾ ਹੋਰ ਤਰੀਕੇ ਨਾਲ ਪੇਸ਼ ਕਰ ਦੇਣਾ। ਜਦੋਂ ਮੰਨ ਲਓ 100 ਸਾਲ ਬਾਅਦ ਸਾਡੀ ਕੋਈ ਪੀੜ੍ਹੀ ਆ ਕੇ ਇਤਿਹਾਸ ਨੂੰ 2 ਚੀਜ਼ਾਂ ਰਾਹੀਂ ਦੇਖਿਆ ਜਾਂਦਾ ਇਤਿਹਾਸ 3 ਚੀਜ਼ਾਂ ਰਾਹੀਂ ਇੱਕ ਹੁੰਦਾ ਕਿਤਾਬਾਂ ਜਿਹਨਾਂ ਅਸੀਂ ਪੜ੍ਹ ਕੇ ਅਸੀਂ ਇਤਿਹਾਸ ਨੂੰ ਆਪਣੇ ਨੂੰ ਦੇਖਦੇ ਹਾਂ ਸਾਡਾ ਇਤਿਹਾਸ ਕੀ ਸੀਗਾ। ਦੂਜਾ ਹੁੰਦਾ ਪਹਿਲੀਆਂ ਹੋਈਆਂ ਕਿਤਾਬਾਂ ਜਿਹਦੇ ਰਾਹੀਂ ਅਸੀਂ ਪੜ੍ਹਦੇ ਹਾਂ ਇਤਿਹਾਸ ਆਪਣਾ। ਦੂਜਾ ਹੁੰਦਾ ਪੀੜ੍ਹੀ ਦਰ ਪੀੜ੍ਹੀ ਕਿ ਅਸੀਂ ਆਪਣੇ ਪਿਓ ਦਾਦਿਆਂ ਪੜਦਾਦਿਆਂ ਤੋਂ ਆਪਣੇ ਪਿਓ ਦਾਦੇ ਪੜਦਾਦਿਆਂ ਨੂੰ ਸੁਣਦੇ ਆਉਂਦੇ ਨੇ। ਤੀਜਾ ਹੁੰਦਾ ਸਾਡੀਆਂ ਜਿਹੜੀਆਂ ਉਹ ਪੁਰਾਣੀਆਂ ਇਮਾਰਤਾਂ ਵਿਰਾਸਤ ਜਿਹੜੀ ਸਾਡੀ ਪਈ ਹੁੰਦੀ ਅਸੀਂ ਉਹਨੂੰ ਦੇਖ ਕੇ ਇਹ ਦੇਖ ਸਮਝਦੇ ਹਾਂ ਕਿ ਹਾਂ ਯਾਰ ਇੱਥੇ ਜਦੋਂ ਮੰਨ ਲਓ ਆਪਾਂ ਕੋਈ ਸਰਹੰਦ ਜੀ ਨੀਂਹ ਦੇਖਦੇ ਹਾਂ ਉਹ ਕੰਧ ਦੇਖਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਇਸ ਆਹ ਉਹ ਨੀਂਹ ਹੈ ਆਹ ਉਹ ਕੰਧ ਹੈ ਜਿੱਥੇ ਸਾਡੇ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਉਹ ਆਹ ਚਮਕੌਰ ਦੀ ਕੱਚੀ ਗੜੀ ਹੈ ਜਿੱਥੇ 40 ਸਿੰਘ ਲੱਖਾਂ ਨਾਲ ਲੜ ਗਏ ਭਿੜ ਗਏ ਆ ਜਾਓ ਆਹ ਠੰਡਾ ਬੁਰਜ ਹੈ ਜਿੱਥੇ ਕੈਦ ਕਰਕੇ ਰੱਖਿਆ ਗਿਆ ਇਹ ਦੇਖਣਗੇ ਨਾ ਅੱਜ ਤੋਂ 100 ਸਾਲ 200 ਸਾਲ ਨੂੰ ਵੀ ਆ ਕੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਅਤੇ ਉੱਥੇ ਬਾਈ ਹੋਣਾ ਕੁਛ ਨਹੀਂ ਉੱਥੇ ਹੋਣਾ ਕੁਛ ਨਹੀਂ ਉੱਥੇ ਗੁਰਦੁਆਰੇ ਹੋਣੇ ਆ ਪੱਥਰ ਚਾੜੇ ਹੋਣੇ ਆ ਸੰਗਮਰ ਲਾਈ ਹੋਣੀ ਹੈ ਕਿਤਾਬਾਂ ਦੇ ਵਿੱਚ ਬਦਲ ਦਿੱਤਾ ਗਿਆ ਹੋਣਾ ਜਿਵੇਂ ਬਦਲ ਹੁਣ ਬਦਲਿਆ ਜਾ ਰਿਹਾ ਅਸੀਂ ਇੱਥੋਂ ਵੀ ਸੁੱਤੇ ਪਏ ਹਾਂ ਨਾ ਆ ਦੇਖੋ ਨਾ ਹੁਣ ਤੁਸੀਂ ਜਿਹੜੇ ਹਿਸਾਬ ਨਾਲ ਆ ਗੋਬਿੰਦ ਰਮਾਇਣ ਲਿਖੀ ਜੀ ਗੁਰੂ ਗੋਬਿੰਦ ਸਿੰਘ ਨੇ ਐਂ ਬਦਲ ਲਵੇ ਫਿਰ ਇਹ ਜਾਂ ਪਿੱਛੇ ਜੇ ਇੱਕ ਸਿੱਖ ਹਿਸਟਰੀ ਨੂੰ ਹਿੰਦੀ ਸਿੱਖ ਇਤਿਹਾਸ ਹਿੰਦੀ ਦੇ ਵਿੱਚ ਲਿਖਿਆ ਗਿਆ ਉਹਦੇ 'ਚ ਸਾਰਾ ਕੁਛ ਹੀ ਬਦਲਿਆ ਪਿਆ ਉਹ ਪੜ੍ਹ ਲਿਓ ਕਦੇ ਲੈ ਕੇ ਉਹਦੇ ਉਹਦੇ ਲਈ ਬਲਦੇਵ ਸਿੰਘ ਸਿਰਸੇ ਨੇ ਇੱਕ ਕੋਰਟ ਦੇ ਵਿੱਚ ਮੁਕੱਦਮਾ ਵੀ ਕੀਤਾ ਹੋਇਆ। ਸੋ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਆਓ ਯਾਰ ਸਾਡੇ ਪੱਲੇ ਕੁਛ ਵੀ ਨਹੀਂ ਰਹਿਣਾ ਜਿਹਦੇ ਉੱਤੇ ਅਸੀਂ ਕੱਲ੍ਹ ਨੂੰ ਮਾਣ ਕਰ ਸਕਦੇ ਹੋਵਾਂਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪੁਸਤਾਂ ਮਾਣ ਕਰਨਗੀਆਂ ਕਿ ਹਾਂ ਯਾਰ ਇਹ ਸਾਡੀ ਵਿਰਾਸਤ ਹੈ ਇਹ ਸਾਡਾ ਮਾਣ ਹੈ ਇਹ ਸਾਡਾ ਗਰਵ ਹੈ। ਇਸ ਕਰਕੇ ਬੇਨਤੀ ਕਰਦੇ ਹਾਂ ਯਾਰ ਇਸ ਗੱਲ ਦਾ ਵੱਧ ਤੋਂ ਵੱਧ ਵਿਰੋਧ ਕਰੋ ਅਤੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਹਾਂ ਹੁਣ ਇਹ ਹਟਦੇ ਨਹੀਂ ਹੈਗੇ ਇੱਕ ਵਾਰੀ ਫਿਲਹਾਲ ਰੁਕ ਗਿਆ ਕੰਮ ਪਰ ਜੇ ਕੱਲ੍ਹ ਨੂੰ ਉਹ ਖੂਹ ਢਾਉਣਗੇ ਉਹ ਜਿਹੜੀ ਸੁਰੰਗ ਨਿਕਲੀ ਆ ਜੋ ਵੀ ਥੱਲਿਓਂ ਨਿਕਲਿਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਨਾਨਕਸ਼ਾਹੀ ਜਿਹੜੀਆਂ ਇੱਟਾਂ ਨੇ ਉਹਨਾਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਨੇ ਉਹ ਕਿੰਨੀਆਂ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਦਾ ਇਤਿਹਾਸ ਨਾਲ ਕੀ ਸੰਬੰਧ ਹੈ ਜਾਂ ਕਿੰਨਾਂ ਨੇ ਬਣਾਈਆਂ ਨੇ ਇਹ ਸਾਰੀ ਇਹਦੀ ਜਾਂਚ ਪੜਤਾਲ ਹੋਵੇ ਫਿਰ ਉਹਦਾ ਲਿਖਿਆ ਜਾਵੇ ਉਹਨੂੰ ਸਾਂਭ ਕੇ ਰੱਖਿਆ ਜਾਵੇ ਇਹ ਬਹੁਤ ਜ਼ਰੂਰੀ ਹੁੰਦਾ ਹੈ। ਉਹ ਆ ਦੁਨੀਆਂ ਕੋਲੇ ਨਾ ਦੁਨੀਆਂ ਕੋਲੇ 10-10 ਹਜ਼ਾਰ ਸਾਲ ਪੁਰਾਣਾ ਇਤਿਹਾਸ ਸਾਂਭਿਆ ਪਿਆ 10-10 ਹਜ਼ਾਰ ਸਾਲ ਪੁਰਾਣਾ ਉਹਨਾਂ ਨੂੰ ਇੱਕ ਸੂਈ ਵੀ ਮਿਲ ਜੇ ਨਾ ਕੋਈ ਪੁਰਾਤਨ ਇੱਕ ਇੰਨੀ ਚੀਜ਼ ਵੀ ਮਿਲ ਜੇ ਉਹਨੂੰ ਵੀ ਸਾਂਭ ਕੇ ਰੱਖਦੇ ਆ ਅਜਾਇਬ ਘਰਾਂ 'ਚ ਰੱਖਦੇ ਨੇ ਸਾਂਭ ਕੇ ਸਾਡਾ ਐਡਾ ਤਕੜਾ ਇਤਿਹਾਸ ਇੰਨਾ ਜੰਗਾਂ ਯੁੱਧਾਂ ਲੜਾਈਆਂ ਕੁਰਬਾਨੀਆਂ ਦਾ ਇਤਿਹਾਸ ਯਾਰ ਅਸੀਂ ਖਤਮ ਕਰ ਰਹੇ ਹਾਂ ਯਾਰ ਮਲੀਆ ਮੇਟ ਕੀਤਾ ਜਾ ਰਿਹਾ ਗਦਾਰਾਂ ਵੱਲੋਂ ਦਲਾਲਾਂ ਵੱਲੋਂ ਆ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਮੈਂ ਕਹਿਣਾ ਚਾਹੁੰਦਾ ਹੁਣ
सब तो वे दलाल सब तो वे गदारे बने हुए ने लोग जिन्होंने बेड़ा तबाह करता साड़ी कौम का साडे इतिहास का। आओ यार मैं घर च बढ़ के नहीं गल बननी, घर च बड़े मैं बहुत बार सोनू अपील करना, घर च बढ़ के बैठे रहोगे घर च बैठे दब दिते जाओगे, घर च बैठे मार दिते जाओगे, घर च बैठे सोडा इतिहास धार्मिक फलसफा सोडिया जमीन सोडिया बोलिया सोडे पानी सब कुछ खत्म कर दिते जाएंगे। यार याद रखियो मेरी एक गल, किन्ना चिर तुम सिर सट के घर च बैठे रहोगे की आ यार की है दसो, कले कले मत्थे टेकण दा एक बस गल है साडी। अज भी पता नहीं फिर सानू की बीमारी चुंबड़ी, ना कोई बोलन नू तैयार है, ना कोई सुनन नू तैयार है, ना कोई तुरन नू तैयार है, ना कोई खड़न नू तैयार है। तो इस करके बेनती मेरी अपील यही है निपट जाने दो, भी तो बाद कटांगे मोर्चा आवांगे अंबरसर पर देखांगे यार जी जड़ा कुछ होंदा है, जो दो बात करने पे करांगे ही, फिर कोई चक्कर नहीं है। ऐ इन्ना सौखा नहीं असीं इन्हां नूं ऐ साडियां इमारतां नूं खत्म कर दिंदे। आ मेरा भीर नबेड़ लैण दो, मैनूं 20 तक मेरी जांच है, जे मेरी जमानत पक्की होगी ना अंदर जाना पिया, पहुंचांगे मेरा भरा साथ दे दे उत्थे आ जाओ, जे सारे जिन्ने भी भरा दर्द रखण वाले सिख संस्थावां ने सारिआं नूं बेनती करदा अपील करदा इत्थे सिर जोड़ दो इकट्ठे हो जाओ, थोड़ा सरमाया थोड़ी कौम का इतिहास खत्म किया जा रहा है, थोड़िया विरासतां ढाईया जा रही ने, इतने लखा साडे बखरेवे होणगे रखो यार कोई गल नहीं नजिठ लांगे, आधा पल्ला अपना बचा लगे जे ही ना बचे साडे पल्ले की रहना। आकार सेवा लिखदा भाई भूरी आले बाबे गुंडे, पता नहीं किहड़े भूरी आले आ बुरी आले आ यार, ये सारे गुंडे कट्ठे गुंडे आ, बाकी गुंडे आ, आ चट्टिया चोलिया वाले आकार सेवा वाले आ सारे गुंडे आ, ये डाकू लिख रख भाई डाकू डाकू का डाकू का शब्द ही छोटा है, बहुत बड़े दलाल ने दलाल, मैं शब्द कहना नहीं चाहता, गलार ने कौम दे डाकू भी ऐ नहीं सी, डाकू भी कुछ चंगे नूं लुट के माड़े नूं गरीब दे मूंह च पाउंदे सी, ठीक है डाकू शब्द अज माड़ा बनाता लोकां ने, ठीक है भाई तगड़े रहो तैयार रहो, आने वाले दिनों दे विच मोर्चा लावांगे जे लोड़ पई ते, पर उहदा साथ दे दिओ मेरा भाई बन के, धन्यवाद सारिआं दा, वाहेगुरु जी का खालसा वाहेगुरु जी की फतेह।